ਹਾਂਜੀ ਜੀ ਐਨ ਜੀ ਸਤਿ ਸ੍ਰੀ ਅਕਾਲ ਜੀ ਅਧਿਆਪਕ ਭਰਤੀ ਦੇ ਨਾਲ ਸੰਬੰਧਤ ਨਵਾਂ ਅਪਡੇਟ ਜਿਹੜਾ ਤੁਸੀਂ ਆਫੀਸ਼ੀਅਲੀ ਵੈਬਸਾਈਟ ਤੇ ਦੇਖ ਵੀ ਸਕਦੇ ਹੋ ਜੀ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਲੋਜੀ ਇਸ ਅਪਡੇਟ ਦੇ ਵਿੱਚ ਜਿਹੜਾ ਅਧਿਆਪਕ ਭਰਤੀ ਦੇ ਨਾਲ ਸੰਬੰਧਤ ਜਾਣਕਾਰੀ ਆਈ ਹੈ ਜੀ ਉਹ ਇਹ ਹੈ ਕਿ ਜਿਹੜੀ ਸਿੱਖਿਆ ਵਿਭਾਗ ਵੱਲੋਂ ਮਾਸਟਰ ਗ੍ਰੈਜੂਏਟ ਦੀਆਂ ਅਸਾਮੀਆਂ ਹਮ ਵੱਖ-ਵੱਖ ਸਬਜੈਕਟ ਨੂੰ ਲੈ ਕੇ 4161 ਆਈਸੀ ਭਰਤੀ ਉਹਦੇ ਨਾਲ ਸੰਬੰਧਤ ਇਹ ਹੈ ਕਿ ਸੋਸ਼ਲ ਸਾਇੰਸ ਸਵਿਅਕਤ ਦੀਆਂ ਸਾਮੀਆਂ ਦੀ ਉਹਦੇ ਵਿੱਚ ਸੀਗਾ ਜਿਹੜਾ ਵੇਰਵਾ ਅਲੱਗ-ਅਲੱਗ ਪਬਲਿਕ ਨੋਟਸ ਜਾਰੀ ਹੁੰਦੇ ਰਹੇ ਨੇ ਸਕਰੂਟੀ ਲਈ ਬੁਲਾਇਆ ਗਿਆ ਸੀਗਾ ਤਾਂ ਉਹਦੇ ਵਿੱਚ ਲਗਾਤਾਰਤਾ ਦੇ ਵਿੱਚ ਹੁਣ ਅੱਗੇ ਅਪਡੇਟ ਇਹ ਆ ਕਿ ਕੇਵਲ ਜਨਰਲ ਜਿਹੜੇ ਐਸਐਮ ਡਿਪੈਂਡੈਂਟ ਨਾਲ ਸੰਬੰਧਿਤ 38 ਤੋਂ ਘੱਟ ਅੰਕ ਵਾਲੇ ਉਮੀਦਵਾਰ ਨੇ ਜਿਹੜੇ ਉਹਨਾਂ ਦੀ ਦਸਤਾਵੇਜ਼ਾਂ ਦੀ ਸਕਰੂਟੀ ਕਰਨ ਦੇ ਲਈ ਆ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਜੀ ਬੁਲਾਇਆ ਗਿਆ ਪਤਾ ਦਿੱਤਾ ਗਿਆ ਜੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਵੀ 1 ਐਸ ਐਸ ਨਗਰ ਮੁਹਾਲੀ ਵਿਖੇ ਤਰੀਕਾ ਜੀ 12 ਮਾਰਚ 2024 ਤੇ ਸਮਾਹ ਹੈਗਾ ਜੀ ਸਮੇਂ ਦੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਸਿੱਖਿਆ ਵਿਭਾਗ ਦੇ ਨਾਲ ਸਿੱਖਿਆ ਭਰਤੀ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਜੀ ਕਿ ਮਿਲਾਂਗੇ ਫਿਰ ਆਪਾਂ ਕਿ ਨਵੇਂ ਅਪਡੇਟ ਦੇ ਨਾਲ ਖਾਸਤੇ ਬਾਹਰ ਰਹੋ